ਸੋ ਹੈ ਗਾਈਜ਼, ਕੀ ਹਾਲ ਚਾਲ ਹੈ ਸਭ ਤੋਂ ਲਈ, ਸਾਰੇ ਵਧੀਆ ਹੋਵੋਗੇ। ਓ ਜੀ ਜੱਟ ਦੀਪ ਬਾਈ ਨੇ ਗਾਇਆ ਅਤੇ ਲਿਖਿਆ, ਮਿਊਜ਼ਿਕ ਅਰਬਨ ਸਿੰਘ, ਮਿਕਸ ਮਾਸਟਰ ਅਰਬਨ ਸਿੰਘ। ਲੈਸ ਜੈਕਟ ਬੱਕਰੇ ਬੁਲਾਉਣ ਦੇ ਕੀ ਆ ਗਏ ਮੁੰਡੇ ਸ਼ਹਿਰਾਂ ਤੇ, ਦੇਖ ਲੈ ਆ ਚੱਲਦੇ ਆ ਦੱਬੇ ਦੱਬੇ ਪੈਰਾਂ ਤੇ, ਉਹ ਚੱਲਦੇ ਆ ਸ਼ੌ ਤੇ, ਹਾਂ ਹੁੰਦੇ ਬਾੜੇ ਗਲੋ ਨੇ, ਹਾਂ ਬੱਜੇ ਲਲਕਾਰੇ ਤੇ ਆ ਬੁਰਾ ਬੁਰਾ ਕਰਦੇ ਨੇ। ਹਾਏ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਆਓ ਜੀ ਜੱਟ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਆਓ ਜੀ ਜੱਟ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਮਾਰੇ ਨੀ ਮਾਰੇ ਨੀ ਸ਼ਹਿਰ ਗੇੜੀਆਂ ਮਾਰੇ ਨੀ। ਬੀਟ ਉੱਦਾਂ ਦੀ ਨਹੀਂ ਹੈਗੀ ਜਿਵੇਂ ਮਤਲਬ ਬਹੁਤ ਜ਼ਿਆਦਾ ਫਾਸਟ ਕਾਰਸ ਚੱਲ ਰਹੀਆਂ ਹੋਣ ਜਾਂ ਕੁਝ, ਹੈ ਨਾ, ਬੜੀ ਤੇਜ਼ ਰੋਹਿਤ ਸਿੰਘ ਟਾਈਪ ਜਾਂ ਕੁਝ ਕਹਿ ਰਿਹਾ ਯਾਰ। ਇਸ ਗਾਣੇ ਦੀ ਵੀਡੀਓ ਇਮੈਜਿਨ ਬਹੁਤ ਤਕੜੀ ਹੋ ਰਹੀ ਹੈ, ਮੇਰੇ ਐਕਸਪਲੇਨ ਕਿਵੇਂ ਕਰਾਂ, ਮੈਂ ਸਮਝ ਨਹੀਂ ਆ ਰਿਹਾ ਹੈਗਾ। ਓ ਮਿੱਤਰਾ ਦਾ ਟਾਈਮ ਚੱਲੇ ਚੌਕਦੇ ਆ ਕਿਤੇ ਨਹੀਂ, ਆਏ ਤੱਕ ਨਾਮ ਸਾਡਾ ਬੁਕੇ ਨਹੀਂ, ਓ ਦੀਪ ਕਿਤੇ ਨਹੀਂ, ਸ਼ਹਿਰ ਤੱਕ ਨਾਮ ਸਾਡਾ ਬੁਕੇ ਨੀ, ਉਹ ਦੀਪ ਦੀਪ ਕਰਦੇ ਹਾਂ ਵੈਰੀ ਸਤੋਂ ਡਰਦੇ, ਤੇ ਕਰਦੇ ਆ ਹੇਟ ਕਈ ਮੈਨੂੰ ਅੱਜ ਕੱਲ ਨੀ, ਜੱਟ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਉਹ ਜੀ ਜੱਟ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਉਹ ਜੀ ਜੱਟ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਮਾਰੇ ਨੀ ਮਾਰੇ ਨੀ ਸ਼ਹਿਰ ਗੇੜੀਆਂ ਮਾਰੇ ਨੀ। ਬੀਟ ਦਾ ਤਾਂ ਫੈਨ ਹੋ ਗਿਆ ਮੈਂ ਅਰਬਨ ਸਿੰਘ ਜੀ ਦਾ, ਬਹੁਤ ਸੋਹਣਾ ਤਰੀਕੇ ਨਾਲ ਯਾਰ, ਬਹੁਤ ਘੈਂਟ ਮਿਊਜ਼ਿਕ ਹੈ, ਬੜਾ ਕਲਿੱਕ ਕਰਦਾ ਮਿਊਜ਼ਿਕ, ਅਤੇ ਮਿਕਸ ਵੀ ਨਾਈਸ ਹੋਇਆ ਗਾਣਾ। ਜਸਟ ਨਾ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਆਪਣੇ ਦੀਪ ਬਾਈ ਨੂੰ ਕਿ ਨਾ, ਜਿਹੜੀ ਤੁਸੀਂ ਵੋਕਲ ਜਦੋਂ ਕਰ ਉਦੋਂ ਨਾ ਕਿਤੇ ਕਿਤੇ ਵੀ ਜਾਣਾ, ਤੁਸੀਂ ਜ਼ਿਆਦਾ ਥੋੜ੍ਹਾ ਦੇਸੀ ਸਲੈਂਗ ਜਾਂ ਪਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਨਾ ਕਰੋ, ਥੋੜ੍ਹਾ ਇੱਕ ਬ੍ਰੈਂਡਡ ਜੀ ਵਾਈਬ ਰੱਖੋ। ਇਹ ਜਿਹੜਾ ਗਾਣਾ ਨਹੀਂ, ਜਦੋਂ ਬੀਟ ਬਣੀ ਹੈ ਜੋ ਜੋ ਵੀ ਸਿਸਟਮ ਆ, ਇਹ ਬੜੀ ਬ੍ਰੈਂਡਡ ਜੀ ਟਾਈਪ ਬਣੀ ਆ। ਲਾਈਕ ਹੁਣ ਇੱਕ ਇਗਜ਼ੈਂਪਲ ਦਊਂਗਾ, ਜਿਵੇਂ ਬਰਾਉਣ ਮੁੰਡੇ ਹੋ ਗਿਆ ਜਾਂ ਕੁਝ ਹੋ ਗਿਆ, ਉਹਦੀ ਜਿਵੇਂ ਦੀ ਬੀਟ ਆ ਨਾ ਕਿ ਉਹ ਐਡਿਕਟਿਵ ਜੀ ਬੀਟ ਹੁੰਦੀ ਆ, ਉੱਦਾਂ ਦੀ ਚੀਜ਼ ਆ, ਸੋ ਉੱਦਾਂ ਦੇ ਆਪਾਂ ਉਹਦੇ 'ਚ ਰੱਖਣਾ ਆ। ਜ਼ਿਆਦਾ ਦੇਸੀ ਟੈਕਸਚਰ ਦੇਣ ਦੀ ਲੋੜ ਨਹੀਂ ਹੈਗੀ, ਹੈ ਨਾ, ਮੈਨੂੰ ਇਹ ਲੱਗਦਾ। ਦੇਸੀ ਜਿਹੇ ਜੱਟ ਬਿੱਲੋ ਹਾਲੀਵੁੱਡ ਚੁਕੇ ਨੀ, ਆ ਮੂਸੇ ਦੇ ਆ ਕਦਮਾਂ ਤੇ ਜਾਂਦੇ ਮੁੰਡੇ ਤੁਰੇ ਨੀ, ਜੇ ਕਢਾਉਂਦੇ ਆ ਮੌਤ ਜਿੱਥੇ ਜਾਓ ਉੱਥੇ ਮੂਸਾ, ਦੇ ਆ ਕਦਮਾਂ ਤੇ ਜਾਂਦੇ ਮੁੰਡੇ ਤੁਰੇ ਨੀ, ਆ ਫੈਰ ਜੇ ਕਢਾਉਂਦੇ ਆ ਮੌਤ ਨੂੰ ਵਿਆਉਂਦੇ, ਆ ਗੀਤ ਜੇ ਬਣਾਉਂਦੇ ਤੇ ਦੁਨੀਆ ਨਚਾਉਂਦੇ, ਤੇ ਬੱਜੇ ਥਾਪੀ ਪੱਟਾ ਤੇ ਆ ਸਿੱਧੂ ਸਿੱਧੂ ਕਰਦੇ ਨੇ, ਆ ਜੀ ਜੱਟ ਆ ਗਏ ਤੇਰੇ ਸ਼ਹਿਰ ਗੇੜੀਆਂ ਮਾਰੇ ਨੀ, ਆ ਜੀ ਜੱਟ ਕੀਤੀ ਸ਼ੁਰੂਆਤ ਤੇਰੇ ਯਾਰ ਨੇ, ਹਲੇ ਤਾਂ ਪੂਰੀ ਗੇਮ ਪਾਉਣੀ ਆ। ਇਹਦਾ ਸਟਾਰਟਿੰਗ ਆ ਵਜਦੀ ਯਾਰ, ਸਟਾਰਟਿੰਗ ਚ ਬ੍ਰੋ ਡਿਡ ਵੈਰੀ ਵੈਲ, ਮੈਨੂੰ ਵਧੀਆ ਲੱਗਿਆ ਯਾਰ ਚੀਜ਼, ਹੈ ਨਾ। ਇੱਕ ਇੱਕ ਬੰਦਾ ਜਿਹਨੇ ਬਿਲਕੁਲ ਬਹੁਤ ਘੱਟ ਬਜਟ ਤੋਂ ਜਮ੍ਹਾਂ ਸਟਾਰਟਿੰਗ ਸਟਾਰਟ ਕੀਤਾ ਹੋਵੇ, ਉਹਦੇ ਵਾਸਤੇ ਤਾਂ ਮੈਂ ਕਹਿੰਦਾ ਬਹੁਤ ਘੈਂਟ ਬਾਈ, ਬਹੁਤ ਵਧੀਆ ਚੀਜ਼ ਆ, ਖਿੱਚ ਕੇ ਰੱਖ, ਜਸਟ
ਟੋਨ 'ਤੇ ਧਿਆਨ ਰੱਖ, ਹਲਕਾ ਜਿਹਾ ਸਲੈਂਗ 'ਤੇ ਧਿਆਨ ਰੱਖ, ਬਾਕੀ ਸਭ ਕੈਟ ਆ। ਬੀਟ ਅਰਮਨ ਬਾਈ ਤੋਂ ਕਰਾਈ ਜਾਂ ਕਿਸੇ ਤੋਂ ਵੀ ਕਰਾ, ਪਰ ਬੀਟ 'ਤੇ ਧਿਆਨ ਬਹੁਤ ਜ਼ਿਆਦਾ ਰੱਖਣਾ। ਇਟਸ ਗੁੱਡ। ਠੀਕ ਹੈ, ਸਤਿ ਸ਼੍ਰੀ ਅਕਾਲ।